ਵਾਲਮੀਕਿ ਸੁਧਾਰ ਸਭਾ ਲੰਬੇ ਸਮੇਂ ਤੋਂ ਜੋ ਪੰਜਾਬ ਦੀ ਧਰਤੀ 'ਤੇ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ, ਉਹਨੂੰ ਠੱਲਣ ਵਾਸਤੇ ਵੱਖ ਵੱਖ ਧਾਰਮਿਕ ਸਥਾਨਾਂ 'ਤੇ ਸਮੁੱਚੀ ਟੀਮ ਦੇ ਨਾਲ ਪਹੁੰਚ ਰਿਹਾ। ਪਹਿਲੀ ਗੱਲ ਤਾਂ ਮੈਨੂੰ ਮੰਗ ਪੱਤਰ 'ਤੇ ਬਹੁਤ ਦੁਨੀਆ ਲੈ ਕੇ ਆਉਂਦੀ ਧਰਮ, ਪਰ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਯੁਵਾ ਪੀੜ੍ਹੀ ਨੂੰ ਯੁਵਾ ਪੀੜ੍ਹੀ ਹੀ ਸਮਝ ਸਕਦੀ। ਇਹਨਾਂ ਦਾ ਦਰਦ ਦੇਖ ਕੇ ਇਹਨਾਂ ਨੇ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਵੀ ਗਏ, ਇੱਥੇ ਵੀ ਆਏ ਆ, ਵਾਲਮੀਕਿ ਤੀਰਥ ਵੀ ਗਏ, ਕੰਮ ਕਰਨ ਦਾ ਤਰੀਕਾ ਵੀ, ਕਿਉਂਕਿ ਸਾਡੇ ਸਮਾਜ ਦੇ ਵਿੱਚ ਇਹੀ ਜੋ ਮਰਜ਼ੀ ਕਹਿ ਲਈਏ ਰਾਜਨੇਤਾ ਲੋਕ ਧਾਰਮਿਕ ਲੋਕ, ਪਰ ਜੋ ਧਾਰਮਿਕ ਸਥਾਨਾਂ ਤੋਂ ਆਵਾਜ਼ ਦਾ ਅਸਰ ਹੁੰਦਾ ਨਾ ਸਮਾਜ 'ਤੇ, ਉਹ ਆਮ ਲੋਕਾਂ ਦਾ ਨਹੀਂ ਹੁੰਦਾ। ਤੁਸੀਂ ਇਹ ਬੜਾ ਅੱਛਾ ਇੱਕ ਇਹਨਾਂ ਨੇ ਉਪਰਾਲਾ ਕੀਤਾ ਕਿ ਜ਼ਰੂਰੀ ਜਿਹੜਾ ਯੂਥ ਹੈ ਨਾ ਉਹ ਇਹਦੇ 'ਚ ਖਤਮ ਹੋ ਰਿਹਾ, ਔਰ ਸਾਡੇ ਦੇਸ਼ ਵਾਸਤੇ ਬਹੁਤ ਮਾੜੀ ਗੱਲ ਹੈ ਕਿ ਯੂਥ ਜਿਹੜਾ ਵਾ ਉਹ ਵੀਕ ਹੁੰਦਾ ਜਾ ਰਿਹਾ। ਅਸੀਂ ਆਸ ਕਰਦੇ, ਉਮੀਦ ਕਰਦੇ ਹਾਂ ਪਹਿਲ ਲਕਸ਼ਮੀਕਾਂਤ ਚਾਵਲਾ ਜੀ ਤੋਂ ਕਿ ਉਹ ਹਰ ਇੱਕ ਜੋ ਗਲੀ ਮੁਹੱਲੇ ਸਾਡੇ ਸਮਾਜ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਮੰਦਰ ਸਾਹਿਬਾਨ ਨੇ ਉਹਨਾਂ ਦੀਆਂ ਗਠਿਤ ਟੀਮਾਂ ਨੂੰ ਨਿਰਦੇਸ਼ ਕਰਨ, ਪੁਜਾਰੀ ਸਾਹਿਬਾਨਾਂ ਨੂੰ ਉਹ ਹੁਕਮ ਫਰਮਾਨ ਜਾਰੀ ਕਰਨ ਕਿ ਉਹ ਗਲੀ ਮੁਹੱਲੇ ਦੇ ਵਿੱਚ ਨਸ਼ਿਆਂ ਨੂੰ ਠੱਲਣ ਵਾਸਤੇ ਹਰ ਤਰ੍ਹਾਂ ਦਾ ਪੂਰਨ ਸਾਥ ਪੂਰਨ ਸਹਿਯੋਗ ਦੇ। ਇਹ ਜੈਸੇ ਹਿਮਾਚਲ ਕਾ ਚਿਪਕੋ ਅੰਦੋਲਨ ਥਾ ਨਾ, ਘਰ ਘਰ ਸੇ ਮਹਿਲਾਏ ਨਿਕਲ ਕੇ ਵਰਿਕਸ਼ੋ ਸੇ ਚਿਪਕ ਗਈ ਸੀ, ਤੋ ਵਰਿਕਸ਼ ਕੱਟਣੇ ਸੇ ਬਚ ਗਏ ਥੇ। ਜੈਸੇ ਇਹ ਬਾਦਲ ਛੋੜੋ ਅੰਦੋਲਨ ਮੇਂ ਅੰਗਰੇਜ਼ੋਂ ਕੇ ਵਿਰੁੱਧ ਜੋ ਹਮਨੇ ਚਲਾਇਆ, ਹਰ ਸਕੂਲ ਕਾਲਜ ਸੇ ਬੱਚੇ ਨਿਕਲੇ ਥੇ, ਪ੍ਰੋਫੈਸਰ ਨਿਕਲੇ ਥੇ। ਇਹ ਜਨ ਅੰਦੋਲਨ ਬਣਨਾ ਚਾਹੀਏ, ਠੀਕ ਹੈ। ਅਬ ਹਾਲਤ ਇਹ ਹੋ ਗਈ ਹੈ ਕਿ ਸ਼ਹਿਰੋਂ ਮੇਂ ਉਤਨੇ ਸਕੂਲ ਕਾਲਜ ਨਹੀਂ ਹੈ ਜਿੰਨੇ ਸ਼ਰਾਬ ਕੇ ਠੇਕੇ ਹੈ। ਦੁਰਭਾਗ੍ਯ ਸੇ ਹਮਾਰੀ ਜਨਤਾ ਵੀ ਔਰ ਸਰਕਾਰ ਵੀ ਸ਼ਰਾਬ ਕੋ ਨਸ਼ਾ ਨਹੀਂ ਮਾਨਤੀ। ਜਬ ਤੱਕ ਸ਼ਰਾਬ ਕੋ ਨਸ਼ਾ ਨਹੀਂ ਮਾਨਾ, ਸ਼ਰਾਬੀ ਕਤਲ ਕਰਤਾ ਹੈ, ਸ਼ਰਾਬੀ ਬਲਾਤਕਾਰ ਕਰਤਾ ਹੈ, ਸ਼ਰਾਬੀ ਮਾਂ ਬਾਪ ਕਾ ਸਿਰ ਤੋੜਤਾ ਹੈ, ਸ਼ਰਾਬੀ ਐਕਸੀਡੈਂਟ ਕਰਤਾ ਹੈ। ਅਰਦਾਸ ਕਰਮਜੀਤ ਸਿੰਘ ਗਿੱਲ, ਚੇਅਰਮੈਨ ਵਾਲਮੀਕਿ ਸੁਧਾਰ ਸਭਾ। ਵਾਲਮੀਕਿ ਸੁਧਾਰ ਸਭਾ ਲੰਬੇ ਸਮੇਂ ਤੋਂ ਜੋ ਪੰਜਾਬ ਦੀ ਧਰਤੀ 'ਤੇ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ, ਉਹਨੂੰ ਠੱਲਣ ਵਾਸਤੇ ਵੱਖ ਵੱਖ ਧਾਰਮਿਕ ਸਥਾਨਾਂ 'ਤੇ ਸਮੁੱਚੀ ਟੀਮ ਦੇ ਨਾਲ ਪਹੁੰਚ ਰਿਹਾ। ਅੱਜ ਅਸੀਂ ਪਾਵਨ ਦੁਰਗਿਆਨਾ ਤੀਰਥ ਦੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਸ਼੍ਰੀਮਤੀ ਲਕਸ਼ਮੀਕਾਂਤ ਚਾਵਲਾ ਜੀ ਦੇ ਕੋਲ ਨਸ਼ਿਆਂ ਨੂੰ ਠੱਲਣ ਵਾਸਤੇ ਅਸੀਂ ਉਹਨਾਂ ਨੂੰ ਬੇਨਤੀ ਪੱਤਰ ਸੌਂਪਿਆ, ਅਤੇ ਅਸੀਂ ਆਸ ਕਰਦੇ, ਉਮੀਦ ਕਰਦੇ ਹਾਂ ਪਹਿਲ ਲਕਸ਼ਮੀਕਾਂਤ ਚਾਵਲਾ ਜੀ ਤੋਂ ਕਿ ਉਹ ਹਰ ਇੱਕ ਜੋ ਗਲੀ ਮੁਹੱਲੇ ਸਾਡੇ ਸਮਾਜ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਮੰਦਰ ਸਾਹਿਬਾਨ ਨੇ ਉਹਨਾਂ ਦੀਆਂ ਗਠਿਤ ਟੀਮਾਂ ਨੂੰ ਨਿਰਦੇਸ਼ ਕਰਨ, ਪੁਜਾਰੀ ਸਾਹਿਬਾਨਾਂ ਨੂੰ ਉਹ ਹੁਕਮ ਫਰਮਾਨ ਜਾਰੀ ਕਰਨ ਕਿ ਉਹ ਗਲੀ ਮੁਹੱਲੇ ਦੇ ਵਿੱਚ ਨਸ਼ਿਆਂ ਨੂੰ ਠੱਲਣ ਵਾਸਤੇ ਹਰ ਤਰ੍ਹਾਂ ਦਾ ਪੂਰਨ ਸਾਥ ਪੂਰਨ ਸਹਿਯੋਗ ਦੇ। ਮੇਰਾ ਨਾਂ ਰਕੇਸ਼ ਸ਼ਰਮਾ ਜੀ, ਮੈਂ ਦੁਰਗਿਆਨਾ ਕਾਰਜਕਾਰਨੀ ਦਾ ਮੈਂਬਰ ਵੀ ਹਾਂ ਅਤੇ ਦੁਰਗਿਆਨਾ ਤੀਰਥ ਸਥਿਤ ਵੱਡੇ ਹਨੂੰਮਾਨ ਜੀ ਮੰਦਰ ਦਾ ਚੇਅਰਮੈਨ ਹਾਂ। ਪਹਿਲੀ ਗੱਲ ਤਾਂ ਮੈਨੂੰ ਮੰਗ ਪੱਤਰ 'ਤੇ ਬਹੁਤ ਦੁਨੀਆ ਲੈ ਕੇ ਆਉਂਦੀ ਧਰਮ, ਪਰ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਯੁਵਾ ਪੀੜ੍ਹੀ ਨੂੰ ਯੁਵਾ ਪੀੜ੍ਹੀ ਹੀ ਸਮਝ ਸਕਦੀ। ਇਹਨਾਂ ਦਾ ਦਰਦ ਦੇਖ ਕੇ ਇਹਨਾਂ ਨੇ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਵੀ ਗਏ, ਇੱਥੇ ਵੀ ਆਏ ਆ, ਵਾਲਮੀਕਿ ਤੀਰਥ ਵੀ ਗਏ, ਕੰਮ ਕਰਨ ਦਾ ਤਰੀਕਾ ਵੀ, ਕਿਉਂਕਿ ਸਾਡੇ ਸਮਾਜ ਦੇ ਵਿੱਚ ਇਹੀ ਜੋ ਮਰਜ਼ੀ ਕਹਿ ਲਈਏ ਰਾਜਨੇਤਾ ਲੋਕ ਧਾਰਮਿਕ ਲੋਕ, ਪਰ ਜੋ ਧਾਰਮਿਕ ਸਥਾਨਾਂ ਤੋਂ ਆਵਾਜ਼ ਦਾ ਅਸਰ ਹੁੰਦਾ ਨਾ ਸਮਾਜ 'ਤੇ, ਉਹ ਆਮ ਲੋਕਾਂ ਦਾ ਨਹੀਂ ਹੁੰਦਾ। ਇਹਨਾਂ ਨੇ ਜੋ ਹੈ ਸ਼ੁਰੂ ਕੀਤਾ ਬੀੜਾ, ਈਸ਼ਵਰ ਅੱਗੇ ਪ੍ਰਾਰਥਨਾ ਕਰਨੇ ਆ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ, ਇਹੋ ਹੀ ਸਹੀ ਤਰੀਕਾ ਹੈਗਾ। ਨਹੀਂ ਤਾਂ ਪਤਾ ਇਕੱਲੇ ਇਕੱਲੇ ਆ ਗੁਜ਼ਾਰਾ ਨਹੀਂ ਹੈਗਾ, ਇਹ ਬੜੀ ਵੱਡੀ ਲੜਾਈ ਹੈ। ਇਹ ਧਰਮ ਸਥਾਨਾਂ ਦੇ ਪੰਡਿਤ ਜੀ, ਪੁਜਾਰੀ ਜੀ, ਗ੍ਰੰਥੀ ਜੀ ਜਦੋਂ
ਜਿੱਥੋਂ ਅਨਾਊਂਸਮੈਂਟਾਂ ਕਰਨਗੇ ਫਿਰ ਲੋਕਾਂ 'ਚ ਇਹਦਾ ਅਸਰ ਹੋਣਾ। ਇਹਨਾਂ ਨੂੰ ਇਹ ਵਿਸ਼ਵਾਸ ਦਵਾਉਂਦੇ ਅਸੀਂ ਤਨੋ ਮਨੋ ਤਨੋ ਹਰ ਪਾਸੇ ਇਹਨਾਂ ਦੇ ਨਾਲ ਹੈ। ਇਹ ਮੁਹਿੰਮ ਇਹਨਾਂ ਨੇ ਬਹੁਤ ਅੱਛੀ ਸ਼ੁਰੂ ਕੀਤੀ ਹੈ, ਪਰਮਾਤਮਾ ਇਹਨਾਂ ਨੂੰ ਬਲ ਬਖਸ਼ ਜੀ। ਇਹ ਬੜਾ ਅੱਛਾ ਇੱਕ ਇਹਨਾਂ ਨੇ ਉਪਰਾਲਾ ਕੀਤਾ ਕਿ ਜ਼ਰੂਰੀ ਜਿਹੜਾ ਯੂਥ ਹੈ ਨਾ ਉਹ ਇਹਦੇ 'ਚ ਖਤਮ ਹੋ ਰਿਹਾ, ਔਰ ਸਾਡੇ ਦੇਸ਼ ਵਾਸਤੇ ਬਹੁਤ ਮਾੜੀ ਗੱਲ ਹੈ ਕਿ ਯੂਥ ਜਿਹੜਾ ਵਾ ਉਹ ਵੀਕ ਹੁੰਦਾ ਜਾ ਰਿਹਾ। ਅਗਰ ਐਸੇ ਉਪਰਾਲੇ ਬੜੇ ਸਟਰੋਂਗਲੀ ਕੀਤੇ ਜਾਣ, ਜਿਸ ਤਰ੍ਹਾਂ ਕਿ ਇਹਨਾਂ ਨੇ ਆਪਣਾ ਇੱਕ ਦਿੱਤਾ ਅਲਟੀਮੇਟਮ, ਉਹਦੇ ਵਿੱਚ ਭੈਣ ਜੀ ਦੇ ਜੋ ਵਿਚਾਰ ਉਹ ਬਿਲਕੁਲ ਠੀਕ ਹੈਗੇ ਆ ਕਿ ਸਾਰੇ ਸਮਾਜ ਨੂੰ ਉੱਠ ਕੇ ਲੜਾਈ ਲੜਨੀ ਪਵੇਗੀ, ਕਿਉਂਕਿ ਅਦਰਵਾਈਜ਼ ਅਸੀਂ ਆਪਣਾ ਯੂਥ ਜਵਾਨੀ ਔਰ ਜੋ ਸਾਡਾ ਅੱਜ ਦੀ ਡੇਟ 'ਚ ਵਧਣ ਦਾ ਕਾਰਨ ਹੈ, ਅਸੀਂ ਉਸ ਚੀਜ਼ ਤੋਂ ਵੀ ਮਾਰ ਖਾਵਾਂਗੇ। ਇਹ ਨਸ਼ਾਖੋਰੀ ਜੋ ਹੈ, ਨਸ਼ੇ ਦੀ ਬੁਰਾਈ ਹੈ, ਇਸ ਪਰ ਚੋਟ ਹੋਣੀ ਚਾਹੀਏ। ਇਹ ਵਾਲਮੀਕਿ ਸੁਧਾਰ ਸਭਾ ਨੇ ਇੱਕ ਅੱਛਾ ਪ੍ਰਯਾਸ ਕੀਆ ਹੈ, ਨਸ਼ੇ ਕੇ ਵਿਰੁੱਧ ਅਭਿਆਨ ਚਲਾਇਆ ਹੈ, ਤੋ ਇਹ ਬਹੁਤ ਅੱਛਾ ਹੈ। ਇਹ ਜੈਸੇ ਹਿਮਾਚਲ ਕਾ ਚਿਪਕੋ ਅੰਦੋਲਨ ਥਾ ਨਾ, ਘਰ ਘਰ ਸੇ ਮਹਿਲਾਏ ਨਿਕਲ ਕੇ ਵਰਿਕਸ਼ੋ ਸੇ ਚਿਪਕ ਗਈ ਸੀ, ਤੋ ਵਰਿਕਸ਼ ਕੱਟਣੇ ਸੇ ਬਚ ਗਏ ਥੇ। ਜੈਸੇ ਇਹ ਬਾਦਲ ਛੋੜੋ ਅੰਦੋਲਨ ਮੇਂ ਅੰਗਰੇਜ਼ੋਂ ਕੇ ਵਿਰੁੱਧ ਜੋ ਹਮਨੇ ਚਲਾਇਆ, ਹਰ ਸਕੂਲ ਕਾਲਜ ਸੇ ਬੱਚੇ ਨਿਕਲੇ ਥੇ, ਪ੍ਰੋਫੈਸਰ ਨਿਕਲੇ ਥੇ। ਇਹ ਜਨ ਅੰਦੋਲਨ ਬਣਨਾ ਚਾਹੀਏ, ਠੀਕ ਹੈ। ਅਬ ਹਾਲਤ ਇਹ ਹੋ ਗਈ ਹੈ ਕਿ ਸ਼ਹਿਰੋਂ ਮੇਂ ਉਤਨੇ ਸਕੂਲ ਕਾਲਜ ਨਹੀਂ ਹੈ ਜਿੰਨੇ ਸ਼ਰਾਬ ਕੇ ਠੇਕੇ ਹੈ। ਦੁਰਭਾਗਿਆ ਸੇ ਹਮਾਰੀ ਜਨਤਾ ਵੀ ਔਰ ਸਰਕਾਰ ਵੀ ਸ਼ਰਾਬ ਕੋ ਨਸ਼ਾ ਨਹੀਂ ਮਾਨਤੀ। ਜਬ ਤੱਕ ਸ਼ਰਾਬ ਕੋ ਨਸ਼ਾ ਨਹੀਂ ਮਾਨਾ, ਸ਼ਰਾਬੀ ਕਤਲ ਕਰਤਾ ਹੈ, ਸ਼ਰਾਬੀ ਬਲਾਤਕਾਰ ਕਰਤਾ ਹੈ, ਸ਼ਰਾਬੀ ਮਾਂ ਬਾਪ ਕਾ ਸਿਰ ਤੋੜਤਾ ਹੈ, ਸ਼ਰਾਬੀ ਐਕਸੀਡੈਂਟ ਕਰਤਾ ਹੈ, ਠੀਕ ਹੈ। ਜੋ ਅਫੀਮ ਖਾਤਾ ਹੈ ਉਹ ਪੜ੍ਹਾ ਰਹਿਤਾ ਅਦਮੋਇਆ ਹੋ ਕੇ, ਉਹ ਕਤਲ ਨਹੀਂ ਕਰਤਾ, ਉਹ ਬਲਾਤਕਾਰ ਨਹੀਂ ਕਰਤਾ। ਇਹਦੇ ਸਭ ਤੋਂ ਪਹਿਲੇ ਹੀ ਸ਼ਰਾਬ ਕੇ ਵਿਰੁੱਧ ਅੰਦੋਲਨ ਕਰਨਾ ਚਾਹੀਏ, ਔਰ ਇਹ ਸ਼ਰਾਬੀਓ ਕੋ ਪਹਿਲੇ ਸਵਾਰੋ, ਸ਼ਹਿਰ ਮੇਂ ਗਾਮ ਮੇਂ। ਅਬ ਹਮਾਰੇ ਸਰਪੰਚ ਪੰਚ ਜਾਣਤੇ ਹੈ ਕਿ ਜੋ ਇੱਕ ਵਾਰ ਪੰਚਾਇਤ ਨੇ ਮਥਾ ਡਾਲ ਦਿਆ ਤਾਂ ਗਾਮ ਮੇਂ ਠੇਕਾ ਨਹੀਂ ਖੁੱਲੇਗਾ, ਉਹ ਨਹੀਂ ਕਰਤੇ। ਸਭ ਨੇਤਾ ਲੋਕ ਕੇਵਲ ਸ਼ਰਾਬ ਨਹੀਂ, ਹਰ ਤਰ੍ਹਾਂ ਕੇ ਨਸ਼ੇ ਬਣਤੇ ਹੈ ਇਲੈਕਸ਼ਨ ਮੇਂ, ਠੀਕ ਹੈ ਨਾ। ਤੋ ਇਹ ਸਭ ਉੱਪਰ ਸੇ ਨੀਚੇ ਠੀਕ ਹੋਣਾ ਚਾਹੀਏ, ਲੇਕਿਨ ਧਰਮ ਗੁਰੂਓਂ ਕੋ ਆਪਣੇ ਹੱਥ ਮੇਂ ਦੇਣਾ ਚਾਹੀਏ, ਤਭੀ ਠੀਕ ਹੋ ਸਕਦਾ ਹੈ। ਦੁਰਗਿਆਨਾ ਕਮੇਟੀ ਅੱਗੇ ਵੀ ਕਰ ਰਹੀ ਹੈ, ਠੀਕ ਹੈ, ਲੇਕਿਨ ਦੁਰਗਿਆਨਾ ਕਮੇਟੀ ਜੋ ਇਹਨਾਂ ਦੇ ਸੁਝਾਅ ਹੈ ਉਹਦੇ ਮੁਤਾਬਕ ਵੀ ਚੱਲੇਗੀ।